ਬਟਨ ਜਿੱਦਾਂ ਸ਼ਰਦਾ ਜੀ ਜਿੱਦਾਂ ਤੁਸੀਂ ਮੈਡੀਕਲ ਕਾਲਜ ਤੁਸੀਂ ਲਿਉਂਦੇ ਰਹਿ ਗਏ ਪਰ ਬਟਨ ਕੋਈ ਹੋਰ ਦਬਾਉਂਦਾ ਰਹਿ ਗਿਆ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਅਕਾਲੀ ਦਲ ਦੀ ਸਰਕਾਰ ਹੀ ਘੋੜੀ ਸਾਰੇ ਬੰਦੇ ਰਹਿ ਗਏ ਉਤਰਿਆ ਕੋਈ ਵੀ ਨਹੀਂ ਸਾਡੇ ਅਫਸਰਾਂ ਨੇ ਸਾਨੂੰ ਦੱਸਿਆ ਕਿ ਇਹ ਜ਼ਮੀਨ ਕਿਸੇ ਔਰਤ ਨੇ ਸਿਵਲ ਹਸਪੀਟਲ ਕਪੂਖਲੇ ਨੂੰ ਦਾਨ ਕੀਤੀ ਹੋਰ ਉਹਨਾਂ ਵਿੱਚ ਲਿਖਿਆ ਗਿਆ ਕਿ ਇਹ ਜ਼ਮੀਨ ਲਗਭਗ 90 ਕਨਾਲ ਨੇ ਇਸ ਦੇ ਉੱਤੇ ਹਸਪੀਟਲ ਹੀ ਬਣ ਸਕਦਾ मान्य योग नरेंद्र भाई मोदी जी देश के प्रधानमंत्री जी ने 22 नवंबर 2019 ਨੂੰ ਇਸ ਜਮੀਨ ਦੇ ਉੱਤੇ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਦਿੱਤੀ 325 ਕਰੋੜ ਦੇ ਵੈਲਿਊ ਦੇ ਨਾਲ ਬਣਨ ਵਾਲਾ ਇਹ ਮੈਡੀਕਲ ਕਾਲਜ ਜਿਹਦੇ ਚ 60% ਹਿੱਸਾ 195 ਕਰੋੜ ਰੁਪਈਆ ਅਦੇਖੋ ਗੁਰਨਾ ਜੀ ਇਹ ਦੇਖੋ ਇਹ ਕੈਮਰੇ ਤੇ ਇਹ ਕੇਂਦਰ ਸਰਕਾਰ ਨੇ ਔਰ 40% ਦਾ 130 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਹਿੱਸਾ ਪਾਉਣਾ ਹੈ 12 ਜਾਂ 15 ਮਿੰਟ ਦੇ ਵਿੱਚ ਉਹ ਜਿਹੜੇ ਕੇਂਦਰ ਦੀ ਸਰਕਾਰ ਦੀ ਟੀਮ ਨੇ ਆਰਕੀਟੈਕਟਰਾਂ ਨੇ ਨਕਸ਼ੇ ਬਣਾਏ ਉਹਨੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈ ਉਹ ਲਿਜਾ ਕੇ ਦੇ ਦਿੱਤੀਆਂ ਉਹ ਤੁਹਾਡਾ ਯੋਗਦਾਨ ਕੀ ਹੈ ਦ ਭਗਤ ਦੇਣ ਹੋਊਗਾ ਇਸ ਦੇਸ਼ ਦਾ ਜਿੱਦਣ ਐਡਾ ਦਾ ਮੱਕਾਰ ਆਦਮੀ ਮੱਕਾਰ ਉਹਦੇ ਚਿਹਰੇ ਤੇ ਮੱਕਾਰੀ ਚਲਕਦੀ ਹੈ ਤੁਹਾਨੂੰ ਪਤਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਬੜੀਆਂ ਆਸਾਂ ਤੇ ਸ਼ਰਧਾ ਦੇ ਨਾਲ 92 ਸੀਟਾਂ ਦਵਾਈਆਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲਣ ਜਾਂਦੇ ਆ ਕਰਜਾਲ ਆਪਣੇ ਕਰਜਾਲ ਲੈਣ ਉਹਨਾਂ ਨੇ ਸਾਫ਼ ਹੀ ਉਹਨਾਂ ਨੂੰ ਨਾ ਕਰਦੀ ਪਤਾ ਤਾਂ ਨਹੀਂ ਪਾਣ ਵਾਲਿਆਂ ਨੂੰ ਪਤਾ ਨਹੀਂ ਅਸੀਂ ਕਿੱਥੇ ਪਾਈਆਂ ਜਿਨ੍ਹਾਂ ਨੂੰ ਪਈਆਂ ਉਹਨਾਂ ਨੂੰ ਇਹ ਨਹੀਂ ਪਤਾ ਸਾਨੂੰ ਵੋਟਾਂ ਕੌਣ ਪਾ ਗਿਆ ਇਹਨਾਂ ਲੋਗਾਂ ਨੂੰ ਉਹਨਾਂ ਨੇ ਇੱਕ ਮੌਕਾ ਦਿੱਤਾ ਇੱਥੇ ਠਾਗ ਲੁੱਟੇਰੇ ਇਕੱਠੇ ਹੋ ਕੇ ਆ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਸਰਕਾਰ 5 ਸਾਲ ਚੱਲਣ ਵਾਲੀ ਸਤਿ ਸ਼੍ਰੀ ਅਕਾਲ ਜੀ ਸカイ ਨਿਊਜ਼ ਦੇਖਦੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਜਿੱਦਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਕਪੂਰਥਲਾ ਦੇ ਵਿੱਚ ਮੈਡੀਕਲ ਕਾਲਜ ਦਾ ਜਿਹੜਾ ਕਿ ਅਧਗਾਟਨ ਕਰਨਾ ਹੈ ਸਰ ਨਾਲ ਇਹ ਸੀਨੀਅਰ ਆਗੂ ਸਾਬਕਾ ਚੇਅਰਮੈਨ ਬੀਜੇਪੀ ਦੇ ਲੀਡਰ ਮੌਜੂਦ ਨੇ ਸੀ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਰ ਸਵਾਗਤ ਆ ਜੀ ਸカイ ਨਿਊਜ਼ ਪੰਜਾਬ ਤੇ ਧੰਨਵਾਦ ਜੀ ਧੰਨਵਾਦ ਥੈਂਕ ਯੂ ਗੋਗਨਾ ਜੀ ਕਿ ਹਾਲ ਨੇ ਤੁਹਾਡਾ ਠੀਕ ਬਟਨ ਜਿੱਦਾਂ ਸ਼ਰਦਾ ਜੀ ਜਿੱਦਾਂ ਤੁਸੀਂ ਮੈਡੀਕਲ ਕਾਲਜ ਤੁਸੀਂ ਲਿਉਂਦੇ ਰਹਿ ਗਏ ਪਰ ਬਟਨ ਕੋਈ ਹੋਰ ਦਬਾਉਂਦਾ ਰਹਿ ਗਿਆ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਅਕਾਲੀ ਦਲ ਦੀ ਸਰਕਾਰ ਹੀ ਘੋੜੀ ਸਾਰੇ ਬੰਦੇ ਰਹਿ ਗਏ ਉਤਰਿਆ ਕੋਈ ਵੀ ਨਹੀਂ ਦੇਖੋ ਵਿਅਕਤੀਗਤ ਤੌਰ ਦੇ ਉੱਤੇ ਮੈਂ ਕੋਈ ਕਿਸੇ ਤਰ੍ਹਾਂ ਦਾ ਕ੍ਰੈਡਿਟ ਇਸ ਮੈਡੀਕਲ ਕਾਲਜ ਵਾਸਤੇ ਨਹੀਂ ਲੈਣਾ ਚਾਹੁੰਦਾ ਲੇਕਿਨ ਹਾਂ ਕੁਝ ਇੱਕ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਤੱਥਾਂ ਨੂੰ ਕਰੀ ਤੁਸੀਂ ਨਕਾਰ ਨਹੀਂ ਸਕਦੇ ਮੈਂ 2016 ਦੇ ਵਿੱਚ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਜੋ ਸੁੱਲੇ ਬਣਿਆ ਤੇ ਇਹ ਜਿਹੜੀ ਜ਼ਮੀਨ ਜਿੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਇਸ ਜ਼ਮੀਨ ਦੇ ਉੱਤੇ ਸਾਡੀ ਨਿਗਾਹ ਪਈ ਸਾਡੇ ਅਫਸਰਾਂ ਨੇ ਸਾਨੂੰ ਦੱਸਿਆ ਕਿ ਇਹ ਜ਼ਮੀਨ ਕਿਸੇ ਔਰਤ ਨੇ ਸਿਵਲ ਹਸਪੀਟਲ ਕਬੂਥਲਾ ਨੂੰ ਦਾਨ ਕੀਤੀ ਔਰ ਉਹਦੇ ਵਿੱਚ ਲਿਖਿਆ ਗਿਆ ਕਿ ਇਹ ਜ਼ਮੀਨ ਲਗਭਗ 90 ਕਨਾਲ ਨੇ ਇਸ ਦੇ ਉੱਤੇ ਹਸਪੀਟਲ ਹੀ ਬਣ ਸਕਦਾ ਹੈ ਸਤੰਬਰ 2016 ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਇੱਕ ਪ੍ਰੋਪੋਜ਼ਲ ਭੇਜੀ ਕਿ ਇੰਪਲੋਇਮੈਂਟ ٹرسٹ ਕਬੂਥਲਾ ਪੰਜਾਬ ਕਬੂਥਲਾ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਸੁਪਰ ਸਪੈਸ਼ੈਲਟੀ ਹਸਪੀਟਲ ਬਣਾਉਣਾ ਚਾਹੁੰਦਾ ਕਿਉਂਕਿ ਕਪੂਖਲਾ ਦੇ ਵਿੱਚ ਸਿਹਤ ਦੇ ਪੱਖੀ ਕੋਈ ਖਾਸ ਫੈਸਿਲਿਟੀ ਮੈਡੀਕਲ ਫੈਸਿਲਿਟੀ ਵਲੋਂ ਕਪੂਖਲਾ ਬਹੁਤ ਵਾਂਝਿਆ ਰਿਹਾ ਮਾੜੀ ਮੋੜੀ ਬਿਮਾਰੀ ਵਾਸਤੇ ਵੀ ਜਲੰਦਰ ਦੌੜਨਾ ਪੈਂਦਾ ਇਸ ਪ੍ਰਪੋਜ਼ਲ ਨੂੰ ਇਸ ਦਲ ਨੂੰ ਨਿਗਾਹ ਦੇ ਵਿੱਚ ਰੱਖ ਕੇ ਮੈਂ ਪੰਜਾਬ ਸਰਕਾਰ ਨੂੰ ਜਦੋਂ ਪ੍ਰਪੋਜ਼ਲ ਭੇਜੀ ਪੰਜਾਬ ਸਰਕਾਰ ਨੇ ਮੇਰੀ ਇਹ ਪ੍ਰਪੋਜ਼ਲ ਦਸੰਬਰ 2019 ਚ ਮਨਜ਼ੂਰ ਕੀਤੀ ਔਰ ਇੱਕ ਕਮੇਟੀ ਬਣਾਈ ਗਈ ਜਦੇ ਵਿੱਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਏਡੀਸੀ ਕਬੂਤਲਾ ਚੇਅਰਮੈਨ ਇੰਪਰੂਵਮੈਂਟ ਟਰਸਟ ਕਬੂਤਲਾ ਸਿਵਲ ਸਰਜੰਮ ਕਬੂਤਲਾ ਔਰ ਈਓ ਮਿਊਸਪੈਲਿਟੀ ਕਬੂਤਲਾ ਮੈਂਬਰ ਬਣੇ ਉਸ ਮੈਂ ਉਸ ਤੋਂ ਬਾਅਦ ਸਾਡੀ ਸਰਕਾਰ ਪੰਜਾਬ ਚ ਬਦਲ ਗਈ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਆ ਗਈ ਨਕਾਰਾ ਸਰਕਾਰ ਆ ਗਈ ਉਹਨਾਂ ਨੇ 2 ਸਾਲ ਕੁਛ ਨਹੀਂ ਇਸ ਪ੍ਰੋਪੋਜ਼ਲ ਦੇ ਉੱਤੇ ਕੀਤਾ ਫਾਈਲਾਂ ਨੂੰ ਦਬਾ ਕੇ ਰੱਖ ਦਿੱਤਾ ਮੈਂ ਕੇਂਦਰ ਦੇ ਵਿੱਚ ਸਾਡੀ ਸਰਕਾਰ ਡਾਕਟਰ ਹਰਸ਼ਵਰਧਨ ਜੀ ਉਸ ਵੇਲੇ ਹੈਲਥ ਮਿਨਿਸਟਰ ਸਨ ਕੇਂਦਰ ਦੇ ਮੇਰੇ ਉਹਨਾਂ ਦੇ ਕੁਝ ਜਾਤੀ ਸੰਪਰਕ ਵੀ ਸੀ ਮੈਂ ਇਹ ਫਾਈਲਾਂ ਚੱਕ ਕੇ ਕਿ ਜਦੋਂ ਸਾਡੀ ਸਰਕਾਰ ਸੀ ਤੇ ਮੈਂ ਪ੍ਰੋਪੋਜ਼ਲ ਬਣਾਈ ਸੀ ਉਹਨਾਂ ਨੇ ਇੰਟਰਸਟ ਦਿਖਾਇਆ ਮੈਨੂੰ ਆਪਣੇ ਘਰ ਬੁਲਾ ਕੇ ਮੇਰੀ ਸਾਰੀਆਂ ਫਾਈਲਾਂ ਦੇਖੀਆਂ ਔਰ ਮਾਨਯੋਗ ਨਰਿੰਦਰ ਭਾਈ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 27 ਨਵੰਬਰ 2019 ਨੂੰ ਇਸ ਜ਼ਮੀਨ ਦੇ ਉੱਤੇ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਦਿੱਤੀ 27 ਨਵੰਬਰ 2019 ਔਰ ਉਸ ਮਨਜ਼ੂਰੀ ਦੀ ਚਿੱਠੀ ਵੀ ਮੈਂ ਤੁਹਾਨੂੰ ਦਿਖਾ ਸਕਦਾ ਪਰ ਸੀਐਮ ਸਾਹਿਬ ਕਹਿੰਦੇ 55 55% ਜਿਹੜਾ ਕਿ ਸ਼ੇਅਰ ਆ ਸਾਡਾ ਹੋਵੇਗਾ ਕੇਂਦਰ ਸਰਕਾਰ ਦਾ ਗੱਪਾਂ ਦੀ ਫੈਕਟਰੀ ਗਪੌੜੀਆਂ ਤੇ ਝੂਠ ਦੀ ਫੈਕਟਰੀ ਆਮ ਆਦਮੀ ਪਾਰਟੀ ਨੇ ਲਾਈ ਹੋਈ ਹੈ ਇਸ ਦੇਸ਼ ਦੇ ਅੰਦਰ ਆਹ ਕੈਮਰੇਜ ਦੇਖ ਸਕਦੇ ਹੋ 27 ਨਵੰਬਰ 2019 ਨੂੰ 325 ਕਰੋੜ ਦੇ ਵੈਲਿਊ ਦੇ ਨਾਲ ਬਣਨ ਵਾਲਾ ਇਹ ਮੈਡੀਕਲ ਕਾਲਜ ਜਿਹਦੇ ਚ 60% ਹਿੱਸਾ 195 ਕਰੋੜ ਰੁਪਈਆ ਆ ਦੇਖੋ ਗੋਗਨਾ ਜੀ ਇਹਦੇ ਖਾਦਿਓ ਕੈਮਰੇ ਤੇ ਇਹ ਕੇਂਦਰ ਸਰਕਾਰ ਨੇ ਔਰ 40% ਦਾ 130 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਹਿੱਸਾ ਪਾਉਣਾ ਹੈ 27 ਨਵੰਬਰ 2019 ਨੂੰ ਕੇਂਦਰ ਨੇ ਇਹ ਮੈਡੀਕਲ ਕਾਲਜ ਕਪੂਠਲੇ ਦਾ ਮਨਜ਼ੂਰ ਕਰਕੇ ਸੈਂਕਸ਼ਨ ਕੀਤਾ ਯੂਨੀਅਨ ਹੈਲਥ ਮਿਨਿਸਟਰ ਦੇ ਸੈਕਟਰੀ ਦੀ ਇਹ ਚਿੱਠੀ 27 ਨਵੰਬਰ ਨੂੰ ਸੈਂਕਸ਼ਨ ਲੈਟਰ ਮੇਰੇ ਕੋਲ ਪਈ ਹੈ ਪਰ ਸੀਐਮ ਸਮਾਨ ਦਾ ਇਹ ਕਹਿਣਾ ਸੀਗਾ ਕਿਦਾਂ ਯੂਕਰੇਨ ਦੇ ਵਿੱਚ ਲੜਾਈ ਲੱਗੀ ਤੁਹਾਨੂੰ ਪਤਾ ਯੂਕਰੇਨ ਦੇ ਵਿੱਚ ਜਿਹੜਾ ਕਿ 2019 ਦੇ ਵਿੱਚ ਲੜਾਈ ਲੱਗੀ ਹੋਈ ਸੀ ਯੂਕਰੇਨ ਸਰ ਮੈਂ ਮੇਰੀ ਪਹਿਲੀ ਮੇਰੀ ਗੱਲ ਪੇ ਲੋ ਪੂਰੀ ਹੋ ਲੰ데요 ਯੂਕਰੇਨ ਦੇ ਵਿੱਚ ਤੁਹਾਨੂੰ ਪਤਾ ਡਿਗਰੀ ਜਿਹੜੀ ਆ ਡਾਕਟਰੀ ਦੀ ਬਹੁਤ ਸੋਖੀ ਮਿਲ ਜਾਂਦੀ ਆ ਉਹਨਾਂ ਨੇ ਇਹ ਕਹਿਣਾ ਹੈ ਕਿ ਜਿਹੜਾ ਕਿ ਯੂਕਰੇਨ ਦੇ ਬੱਚੇ ਬਾਹਰ ਨਾ ਜਾਣ ਇੱਥੇ ਅਸੀਂ ਮੈਡੀਕਲ ਕਾਲਜ ਬਣਾਉਗਾ ਡਾਕਟਰ ਇਹ ਸਹੂਲਤਾ ਦਵਾਂਗੇ ਕਿ ਬੱਚੇ ਬਾਹਰ ਨਾ ਭੱਜਣ ਮਾਨ ਸਾਹਿਬ ਦੀਆਂ ਗੱਲਾਂ ਨੂੰ ਅਸੀਂ ਬਹੁਤਾ ਸੀਰੀਅਸਲੀ ਨਹੀਂ ਲੈਂਦੇ ਪਤਾ ਨਹੀਂ ਕਿਹੜੀ ਰੌਂ ਦੇ ਵਿੱਚ ਕਿਹੜੀ ਗੱਲ ਉਹਨਾਂ ਨੇ ਕਹਿ ਜਾਣੀ ਆ ਅੱਜ ਦੀਆਂ ਅਖਬਾਰਾਂ ਦੇ ਵਿੱਚ ਬੜਾ ਵੱਡਾ ਐਡ ਪੰਜਾਬ ਸਰਕਾਰ ਦੇ ਭਗਵੰਤ ਮਾਨ ਜੀ ਨੇ ਦਿੱਤਾ 24 ਘੰਟੇ ਬਿਜਲੀ ਸਸਤੀ 400 ਯੂਨਿਟ ਦਾ 3700 ਰੁਪਿਆ ਬਿੱਲ ਤੁਹਾਡੇ ਹੀ ਭਾਈ ਸਾਹਿਬ ਦਾ ਇੱਥੇ ਆਇਆ 400 ਯੂਨਿਟ ਦਾ 3700 ਰੁਪਏ ਬਿੱਲ ਔਰ ਉਹ 24 ਘੰਟੇ ਦੀ ਬਿਜਲੀ ਦੇ ਤੁਸੀਂ ਗਵਾਹ ਹੋ ਕਿ ਇਸ ਵੇਲੇ ਹੈਗੀ ਹੈ ਬਿਜਲੀ ਇੱਥੇ ਕਿ ਆਪਾਂ ਜਨਰੇਟਰ ਦੇ ਉੱਤੇ ਬੈਠੇ ਆਂ 8-8 ਘੰਟੇ ਦੇ ਕੱਟ ਬਿਜਲੀ ਹੈ ਨਹੀਂ ਝੂੜ ਤੇ ਤੂਫਾਨ ਜਿੰਨੇ ਮਰਜ਼ੀ ਬੋਲ ਲਓ 10 ਮਿੰਟ ਦੇ ਵਿੱਚ ਟੋਟਲ ਮੁੱਖ ਮੰਤਰੀ ਸਾਹਿਬ ਕਬੂਤਰੇ ਵਿੱਚ 10 ਤੋਂ 12 ਮਿੰਟ ਰੁਕੇ ਆ ਤੁਸੀਂ ਦੱਸੋ ਕਿੰਨੇ ਦਿਨ ਰੁਕੇ ਤੁਸੀਂ ਉੱਥੇ ਸੀ ਤੁਸੀਂ ਕੌਫੀ ਵੀ ਪੀ ਕੇ ਆਏ ਉਹਨਾਂ ਦੇ ਨਾਲ ਕੌਫੀ ਕੀ ਪਾਣੀ ਨਹੀਂ ਮਿਲਿਆ ਸਾਨੂੰ ਕੀ ਬਾਤ ਹੈ ਕੀ ਬਾਤ ਹੈ ਕਿੰਨੀ ਦੇਰ ਰੁਕੇ ਨੇ ਉਹ 15 ਤੋਂ 18 ਮਿੰਟ 15 ਤੋਂ 18 ਮਿੰਟ ਦੇ ਵਿੱਚ ਕੀ ਕੀਤਾ ਉਹਨਾਂ ਨੇ ਕੀ ਕਰਨ ਆਏ ਸੀ ਲੋਕਾਂ ਨੂੰ ਦੱਸਣਾ ਆਏ ਸੀ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਵੀਡੀਓ ਬਣਾ ਕੇ ਮੈਂ ਗੁਜਰਾਤ ਦੇ ਲੋਕਾਂ ਨੂੰ ਘਬਰਾਹ ਕਰਨ ਚੱਲੇ ਆ 12 ਮਿੰਟ ਦੇ ਵਿੱਚ ਕੀ ਮੁਆਇਨਾ ਕੀਤਾ ਉਹਨਾਂ ਨੇ 12 ਜਾਂ 15 ਮਿੰਟ ਦੇ ਵਿੱਚ ਉਹ ਜਿਹੜੇ ਕੇਂਦਰ ਦੀ ਸਰਕਾਰ ਦੀ ਟੀਮ ਨੇ ਆਰਕੀਟੈਕਟਾਂ ਨੇ ਨਕਸ਼ੇ ਬਣਾਏ ਉਹਨੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈ ਉਹ ਲਿਜਾ ਕੇ ਦੇ ਦਿੱਤੀਆਂ ਉਹ ਤੁਹਾਡਾ ਯੋਗਦਾਨ ਕੀ ਹੈ ਤੁਸੀਂ 8 ਮਹੀਨੇ ਦੇ ਵਿੱਚ ਜਿਹੜਾ 45 ਕਿਨਾ 40% ਸ਼ੇਅਰ ਦੇ 40 ਰੁਪਏ ਵੀ ਇਸ ਮੈਡੀਕਲ ਕਾਲਜ ਦੇ ਪ੍ਰੋਜੈਕਟ ਵਾਸਤੇ ਪੰਜਾਬ ਸਰਕਾਰ ਨੇ ਦਿੱਤੇ ਆ। ਦੱਸੋ ਮੈਨੂੰ। ਸ਼ਰਦਾ ਜੀ ਤੁਸੀਂ ਚੇਅਰਮੈਨ ਵੀਰੇ ਸਰਕਾਰ ਕੋਡ ਦੇ ਕਰੀਬ ਕੇਂਦਰ ਸਰਕਾਰ ਵੱਲੋਂ ਇਸ ਆਪਣੇ ਹਿੱਸੇ ਦਾ ਪੈਸਾ ਆ ਚੁੱਕਾ ਹੋਇਆ। 100 ਕਰੋੜ ਦੇ ਕਰੀਬ 28 ਨਵੰਬਰ 2019 ਨੂੰ ਜਦੋਂ ਇਹ ਜਾਰੀ ਹੋਇਆ ਇਹ ਮਨਜ਼ੂਰ ਹੋਇਆ ਸੀ ਮੈਡੀਕਲ ਕਾਲਜ ਜਨਵਰੀ 2020 ਚ 33 ਕਰੋੜ ਰੁਪਏ ਆ ਗਿਆ ਸੀ ਦੂਸਰੀ ਕਿਸ਼ਤ ਫਿਰ 33 ਕਰੋੜ ਦੀ 6 ਮਹੀਨੇ ਬਾਅਦ ਆ ਗਈ ਸੀ ਪੈਸੇ ਕਿੱਥੇ ਆ ਪੈਸੇ ਪੈਸੇ ਕਿੱਥੇ ਹੋ ਉਹ ਡੀਸੀ ਨੂੰ ਪੁੱਛੋ ਨਾ ਡਿਪਟੀ ਕਮਿਸ਼ਨਰ ਦੱਸੂਗਾ ਮੈਂ ਕੋ ਕੇਂਦਰ ਸਰਕਾਰ ਦਾ ਖਜ਼ਾਨਚੀ ਥੋੜਾ ਸਰ ਤੁਸੀਂ ਬੀਜੇਪੀ ਦੇ ਇੱਕ ਸੀਨੀਅਰ ਆਗੂਰੇ ਚਿੱਠੀਆਂ ਤੁਸੀਂ ਪਾਉਂਦੇ ਰਹੇਗੇ ਕੋੜੀ 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 ਤੇ ਤੁਸੀਂ ਭੰਗੜੀ ਤੇ ਭੰਗੜਾ ਤੁਸੀਂ ਪਾਉਂਦੇ ਰਹ ਗਏ ਤੇ ਭੁਜਾ ਕੇ ਕੁੜੀ ਨੂੰ ਕੋਈ ਹੋਰ ਲੈ ਗਿਆ ਕਿਸ ਤਰ੍ਹਾਂ ਲੈ ਗਿਆ ਤੁਸੀਂ ਸਵਾਲ ਦਾ ਜਵਾਬ ਦਿਓ ਲੋਕੀ ਬੜੇ ਸਿਆਣੇ ਆ ਬਾਰ-ਬਾਰ ਕਾਠ ਦੀ ਹਾਂਡੀ ਨਹੀਂ ਚੜਦੀ ਇਹ ਖਿਆਲ ਰੱਖਿਓ ਇੱਕ ਵਾਰੀ ਪੰਜਾਬੀਆਂ ਨੂੰ ਵਰਗਲਾ ਕੇ ਝੂਠੇ ਲਾਰੇਆਂ ਦੇ ਵਾਅਦਿਆਂ ਦੇ ਉੱਤੇ ਉਹ ਬੀਬੀਆਂ ਪੈਣਾ ਹਜ਼ਾਰ-ਹਜ਼ਾਰ ਰੁਪਈਆ ਉਡੀਕਦੀਆਂ ਪਈਆਂ ਰੇਤ ਮਾਫੀਆ ਇੰਨਾ ਫਲਰਿਸ਼ ਹੋ ਗਿਆ ਜਿਹੜੀ 2.5 ਤੋਂ 3000 ਰੁਪਏ ਦੀ ਟਰਾਲੀ ਰੇਤਾ ਦੀ ਮਿਲਦੀ ਸੀ ਅੱਜ 8000 ਰੁਪਏ ਦੀ ਵਿਕਣ ਤੇ ਆ ਗਈ ਹੈ ਸ਼ਰਾਬ ਮਾਫੀਆ ਕਿੰਨਾ ਵੱਡਾ ਹੋ ਗਿਆ ਇਹ ਕਹਿੰਦੇ ਸੀ ਅਸੀਂ 25000 ਕਰੋੜ ਰੇਤਾ ਚੋਂ ਕਮਾਵਾਂਗੇ ਹਾਂ ਕਮਾਉਂਦੇ ਪਿਆ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਆ ਪੰਜਾਬ ਸਰਕਾਰ ਨੂੰ ਕੁਝ ਨਹੀਂ ਮਿਲਿਆ ਵਿੱਚੋਂ ਬੀਬੀਆਂ ਭੈਣਾਂ ਨੂੰ ਲੱਖ ਹਜ਼ਾਰ ਹਜ਼ਾਰ ਰੁਪਏ ਦੀ ਪੈਨਸ਼ਨ ਜਿਹੜੀ ਲਾਉਣੀ ਸੀ ਇਹਨਾਂ ਨੇ ਘਰ ਬੈਠੀਆਂ ਨੂੰ ਕੁਝ ਨਹੀਂ ਮਿਲਿਆ 600 ਯੂਨਿਟ ਕਹਿੰਦੇ ਫ੍ਰੀ ਕਰ ਦਵਾਂਗੇ 400 ਦਾ ਬਿੱਲ 3700 ਰੁਪਈਆ ਅਬ ਬਿੱਟੂ ਬੈਠਾ ਸਾਹਮਣੇ ਤੁਹਾਡਾ ਕੈਮਰਾਮੈਨ ਪੁੱਛ ਲਓ ਆਇਆ ਕਿ ਨਹੀਂ ਆਇਆ 12 12 13 ਦਾ ਰੁਪਈਆ ਯੂਨਿਟ ਦੇ ਲੋਕਾਂ ਨੂੰ ਬਿਜਲੀ ਮਿਲਦੀ ਪਈ ਹੈ ਔਰ ਉਹ ਵੀ 6-6 ਘੰਟੇ ਤੇ ਕੱਟ ਲੱਗਦੇ ਪਏ ਤੁਹਾਡਾ ਕੋ ਬਿਜਲੀ ਹੈ ਨਹੀਂ ਤੁਸੀਂ ਅਖਬਾਰਾਂ ਜਾਰ ਦੇਨੇ ਪਏ ਆ ਝੂਠ ਕੋਈ ਅੰਤ ਨਹੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬੋਲਣ ਵਾਸਤੇ ਹਾਂਜੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਐਡੇ ਬੇਸ਼ਰਮ ਆ ਕਿ ਇਹਨਾਂ ਦਾ ਦਿੱਲੀ ਦਾ ਜੇਲ੍ਹ ਮੰਤਰੀ ਪਿਛਲੇ 6 ਮਹੀਨੇ ਤੋਂ ਜੇਲ੍ਹ 'ਚ ਬੈਠਾ ਰੋਜ਼ ਉਹਦੀਆਂ ਵੀਡੀਓ ਜਾਰੀ ਹੋ ਰਹੀਆਂ ਤਾਂ ਇਹਨਾਂ ਦਾ ਪ੍ਰਧਾਨ ਜਿਹੜਾ ਆ ਕੇ ਕੀ ਨਾ ਕੇਜਰੀਵਾਲ ਯਾਰ ਰੱਬ ਦਾ ਵਾਸਤਾ ਪਤਾ ਨਹੀਂ ਰੱਬ ਨੇ ਉਹਨੂੰ ਕਿਹੜੀ ਘੜੀ ਬਣਾ ਕੇ ਭੇਜਿਆ ਸੀ ਉਹ ਤਾਂ ਪ੍ਰਧਾਨ ਮੰਤਰੀ ਪ੍ਰਧਾਨ ਪ੍ਰਧਾਨ ਮੰਤਰੀ ਬਨਣ ਵਾਲੇ ਆ 2024 ਦੇ ਵਿੱਚ ਵੱਡੇ ਵੱਡੇ ਦਾਅਵੇ ਕਰਦੇ ਪਏ ਆ ਮੰਦ ਭਾਗ ਆ ਦੇਣ ਹੋਊਗਾ ਇਸ ਦੇਸ਼ ਦਾ ਜਿੱਦਣ ਐਡਾ ਦਾ ਮੱਕਾਰ ਆਦਮੀ ਮੱਕਾਰ ਉਹਦੇ ਚਿਹਰੇ ਤੇ ਮੱਕਾਰੀ ਚਲਕਦੀ ਹੈ ਅੱਜ ਵੀ ਸਾਰੇ ਆਗੇ ਕੈਮਰਿਆਂ ਦੇ کہہ ਰਿਹਾ ਖੜਾ ਹੋ ਕੇ ਕਿ ਬੀਜੇਪੀ ਨੇ ਤਾਂ ਵੀਡੀਓ ਦੀ ਫੈਕਟਰੀ ਲਾ ਲਈ ਹੈ ਵੀਡੀਓ ਬਣਾਉਣ ਦੀ ਉਹ ਤੁਹਾਡੀਆਂ ਕਰਤੂਤਾਂ ਜੋ ਹੈਗੀਆਂ ਉਹਦੀਆਂ ਵੀਡੀਓ ਤਾਂ ਬੰਨੀਆਂ ਹੀ ਬੰਨੀਆਂ ਤੁਹਾਡੇ ਜੇਲ੍ਹ ਮੰਤਰੀ ਜੇਲ੍ਹ ਦੇ ਵਿੱਚ ਬੈਠੇ ਆ ਮਸਾਜ ਪਾਰਨਲ ਖੋਲ ਲੈ ਅੰਦਰ ਤੁਸੀਂ ਬੇਸ਼ਰਮੀ ਦੀ ਹੱਦ ਹੁੰਦੀ ਹੈ ਔਰ ਉਸ ਬਿਸ਼ਰਮੀ ਦੀ ਹੱਦ ਨੂੰ ਟੱਪ ਕੇ ਪੰਜਾਬ ਦਾ ਮੁੱਖ ਮੰਤਰੀ ਕੱਲ ਉਸ ਪ੍ਰੋਜੈਕਟ ਦੇ ਉੱਤੇ ਸਿਹਰਾ ਬੰਨਣ ਲਈ ਆ ਰਿਹਾ ਜਿਹੜਾ ਜਿਹੜੀ ਦੇਣ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮਈ ਮੋਦੀ ਦੀ ਕਬੂਤਲੇ ਨੂੰ ਹੈ ਮੈਡੀਕਲ ਕਾਲਜ ਹਰ ਅਵਸ਼ੇ ਬੰਨਣਾ ਹੈ ਪਹਿਲਾਂ 5 3 ਸਾਲ 2.5 ਸਾਲ ਕਾਂਗਰਸ ਦੇ ਲੀਡਰਾਂ ਨੇ ਇਸ ਜ਼ਮੀਨ ਨੂੰ ਖਾਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੇ 8 ਮਹੀਨੇ ਦੇ ਇਹ ਨਕਾਰਾ ਸਰਕਾਰ ਇਨਾਂ ਦਾ ਕੋਈ ਯੋਗਦਾਨ ਨਹੀਂ ਲੇਕਿਨ ਇਹ ਮੈਡੀਕਲ ਕਾਲਜ ਦੀ ਮੈਂ ਗਾਰੰਟੀ ਦੇਣਾ ਕਿ ਮਾਰਚ 2024 ਦੇ ਵਿੱਚ ਇੱਥੇ ਸੈਸ਼ਨ ਸਟਾਰਟ ਹੋਏਗਾ ਬੱਚਿਆਂ ਨੂੰ ਐਡਮਿਸ਼ਨ ਮਿਲੇਗੀ ਕੇਂਦਰ ਵੱਲੋਂ ਪੈਸੇ ਦੀ ਕੋਈ ਕਮੀ ਨਹੀਂ ਆਏਗੀ ਕੇਂਦਰ ਵੱਲੋਂ ਇਸ ਮੈਡੀਕਲ ਕਾਲਜ ਦੀਆਂ ਬਣਨ ਦੇ ਵਿੱਚ ਉਸਾਰੀ ਦੇ ਵਿੱਚ ਪੂਰਾ ਧਿਆਨ ਦਿੱਤਾ ਜਾ ਰਿਹਾ ਕੇਂਦਰ ਦੀਆਂ ਟੀਮਾਂ ਇੱਥੇ ਬੈਠੀਆਂ ਯੂਨੀਅਨ ਹੈਲਥ ਮਿਨਿਸਟਰ ਮਨਸੂਖ ਲਾਲ ਮਾਂਡਵਿਆ ਜੀ ਦਾ ਮੈਨੂੰ 10 ਦਿਨ ਪਹਿਲਾਂ ਵੀ ਇਹ ਪੱਤਰ ਆਇਆ ਸਰ ਮੈਂ ਗੱਲ ਢੋਕਣੀ ਚਾਹਾਂਗਾ ਜਦੋਂ ਮਾਨ ਸਾਹਿਬ ਨਾਲ ਮੀਡੀਆ ਸਵਾਲ ਕਰਦੀ ਵੀ ਸੀਗੀ ਕਿ ਇੱਥੇ 20 ਸਾਲ ਜਿਹੜਾ ਕਿ ਰਾਜ ਰਿਹਾ ਜਾਂ ਕੋਈ ਵੀ ਸਰਕਾਰਾਂ ਆਈਆਂ ਪਰ ਕਪੂਰਥਲੇ ਨੂੰ ਕੋਈ ਐਡੀ ਵੱਡੀ ਸਹੂਲਤ ਨਹੀਂ ਮਿਲੀ ਪਰ ਮਾਨ ਸਾਹਿਬ ਦੇਖਿਆ ਕਿ ਪੱਤਰਕਾਰਾਂ ਦੇ ਸਵਾਲਾਂ ਤੋਂ ਜਵਾਬ ਤੋਂ ਭੱਜਦੇ ਨਜ਼ਰ ਆਏ ਕਿਤੇ ਨਹੀਂ ਇਹ ਤੁਹਾਡਾ ਕਹਿਣਾ ਹੈ ਇਹਦੇ ਤੇ ਮੈਂ ਕੀ ਕਹਿ ਸਕਦਾ ਮੈਂ ਤਾਂ ਮਾਨ ਸਾਹਿਬ ਨੂੰ ਸੀਰੀਅਸਲੀ ਲੈਂਦਾ ਨਹੀਂ ਤੁਸੀਂ ਭੱਜੇ ਕਦੇ ਮੈਂ ਸੀਰੀਅਸਲੀ ਲੈਂਦਾ ਨਹੀਂ ਤੁਹਾਡੇ ਪ੍ਰਾਈਮ ਮਿਨਿਸਟਰ ਭੱਜੇ ਜਾਂ ਤੁਹਾਡੇ ਕੋਈ ਮੁੱਖ ਮੰਤਰੀ ਭੱਜੇ ਆ ਲੈਟਰ ਜਿਹੜੀ ਹੈ ਮੇਰੀ 25 ਅਗਸਤ ਦੀ ਮੇਰੀ ਤੁਸੀਂ ਗੱਲ ਦਾ ਤੁਸੀਂ ਜਵਾਬ ਨਹੀਂ ਦਿੱਤਾ ਮੈਂ ਪਹਿਲਾਂ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਮੈਂ ਲੈਟਰਸ ਦੇ ਰਿਹਾ ਯੂਨੀਅਨ ਕੇਂਦਰ ਕੇਂਦਰੀ ਹੈਲਥ ਮਿਨਿਸਟਰ ਮਾਨਸੁਖ ਲਾਲ ਮਾਂਦੀਵੇਜ ਜੀ ਨੇ ਅਗਸਤ 2022 ਦੇ ਵਿੱਚ ਮੈਨੂੰ ਇਹ ਲੈਟਰ ਲਿਖ ਕੇ ਭੇਜਿਆ ਜਿਹੜੇ ਚ ਕਿਹਾ ਕਿ ਪੂਰੀ ਤਰ੍ਹਾਂ ਇਸ ਅਸੀਂ ਵਿੱਚ ਲੱਗੇ ਹੋਏ ਆ ਇਹ ਮੈਡੀਕਲ ਕਾਲਜ 2023 ਦੇ ਵਿੱਚ ਹਰ ਹਾਲਤ ਦੇ ਵਿੱਚ ਸੈਸ਼ਨ ਸਟਾਰਟ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦੀ ਪਾਲਿਸੀ ਹੈ ਕਿ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਹਸਪੀਟਲ ਦੇ ਨਾਲ ਇੱਕ ਮੈਡੀਕਲ ਕਾਲਜ ਖੋਲਿਆ ਜਾਵੇ ਕੇਂਦਰ ਵੱਲੋਂ ਖੋਲਿਆ ਜਾ ਰਿਹਾ ਕੇਂਦਰ ਦਾ ਪੈਸਾ ਆ ਰਿਹਾ ਔਰ ਫਿਰ ਉਹੀ ਗੱਲ ਬੇਗਾਨੀ ਸ਼ਾਦੀ ਮੇ ਦੁਲਹਾ ਅਬਦੁੱਲਾ ਦੀਵਾਨਾ ਇਹ ਦੀਵਾਨੇ ਹੋਏ ਨੇ ਆਪ ਤੋਂ ਨਹੀਂ ਆਪ ਤੋਂ ਨਹੀਂ ਆਪ ਤੋਂ ਨਹੀਂ ਦੀਵਾਨੇ ਹੋਗੇ ਹੋਗੇ ਕਹੀਂ ਬੀਜੇਪੀ ਕਲੀ ਮੈਂ ਸ਼ਾਂਤ ਬੈਠਾ ਹਾਂ ਜੀ ਮੈਂ ਸ਼ਾਂਤ ਬੈਠਾ ਹਾਂ ਮੇਰਾ ਮੰਤਵ ਜ਼ਿੰਦਗੀ ਦਾ ਇੱਕੋ ਹੀ ਹੈ ਕਪੂਰਥਲੇ ਨੂੰ ਬੈਸਟ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਾਵਾਂ ਆਉਣ ਵਾਲੀਆਂ ਪੁਸ਼ਤਾਂ ਇਹ ਕਹਿਣ ਕਿ ਉੱਥੇ ਗ੍ਰੀਨ ਪਾਰਕ ਦੀ ਗਲੀ ਨੰਬਰ 4 ਦੇ ਵਿੱਚ ਛੋਟਾ ਜਿਹਾ ਬਸ਼ਿੰਦਾ ਰਹਿੰਦਾ ਸੀ ਜਿਹੜਾ ਸ਼ਦਾਈ ਹੋਇਆ ਰਿਹਾ ਇਸ ਮੈਡੀਕਲ ਕਾਲਜ ਵਾਸਤੇ ਤੁਹਾਨੂੰ ਪਤਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਬੜੀਆਂ ਆਸਾਂ ਤੇ ਸ਼ਰਧਾ ਦੇ ਨਾਲ 92 ਸੀਟਾਂ ਦਵਾਈਆਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲਣ ਜਾਂਦੇ ਆ ਕਰਜ਼ਾ ਆਪਣੇ ਕਰਜ਼ਾ ਲੈਣ ਉਹਨਾਂ ਨੇ ਸਾਫ਼ ਹੀ ਉਹਨਾਂ ਨੂੰ ਨਾ ਕਰ ਦਿੱਤੀ ਪਤਾ ਤੁਹਾਨੂੰ ਨਹੀਂ ਦੇਖੋ ਗੱਲ ਆ ਪਾਣ ਵਾਲਿਆਂ ਨੂੰ ਪਤਾ ਨਹੀਂ ਅਸੀਂ ਕਿੱਥੇ ਪਾਈਆਂ ਜਿਨ੍ਹਾਂ ਨੂੰ ਪਈਆਂ ਉਹਨਾਂ ਨੂੰ ਇਹ ਨਹੀਂ ਪਤਾ ਸਾਨੂੰ ਵੋਟਾਂ ਕੌਣ ਪਾ ਗਿਆ ਥੱਗੇ ਹੋਏ ਲੋਕ ਨੇ ਇਹ ਮਦਾਰੀਆਂ ਦਾ ਟੋਲਾ ਇਕੱਠਾ ਹੋ ਕੇ ਆਇਆ ਥੋੜੇ ਦਿਨਾਂ ਵਾਸਤੇ ਲੋਕ ਅਕਾਲੀ ਦਲ ਔਰ ਕਾਂਗਰਸ ਤੋਂ ਤਰਸਦ ਹੋ ਚੁੱਕੇ ਸੀ ਇਹਨਾਂ ਲੋਗਾਂ ਨੂੰ ਉਹਨਾਂ ਨੇ ਇੱਕ ਮੌਕਾ ਦਿੱਤਾ ਇਹ ਥਾਗ ਲੁਟੇਰੇ ਇਕੱਠੇ ਹੋ ਕੇ ਆ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਇਹ ਸਰਕਾਰ 5 ਸਾਲ ਚੱਲਣ ਵਾਲੀ ਹੈ ਪੰਜਾਬ ਬਹੁਤ ਹੀ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ ਰੋਜ਼ ਇੱਥੇ ਲੁੱਟਾਂ ਖੋਹਾਂ ਵਾਰਦਾਤਾਂ ਹੋ ਰਹੀਆਂ ਅੱਜ ਵੀ ਕਿੰਨਾ ਵੱਡਾ ਅਸਲਾ ਫੜਿਆ ਗਿਆ ਉਥੇ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਆਈਐਸਆਈ ਸਕਰ ਸਕੀਏ ਹੋ ਗਈ ਹੈ ਪੰਜਾਬ ਦੇ ਵਿੱਚ ਅਤੰਕਵਾਦ ਦੀ ਸਾਈਡ ਦੇ ਉੱਤੇ ਪੰਜਾਬ ਨੂੰ ਲੈ ਕੇ ਜਾ ਰਹੇ ਨੇ ਪੰਜਾਬ ਨੇ 20 ਸਾਲ ਅਤੰਕਵਾਦ ਚੇਲਿਆ ਹੋਇਆ ਲੇਕਿਨ ਇਹ ਭੁੱਲਣ ਮਤ ਇਹ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਇਸ ਵੇਲੇ ਚੱਲਦੀ ਪਈ ਹੈ ਇਹ ਗੈਂਗਸਟਰਾਂ ਦੇ ਸਿਰ ਦੇ ਉੱਤੇ ਚੱਲਦੀ ਪਈ ਹੈ ਇਹ ਐਂਟੀ ਨੈਸ਼ਨਲ ਪੰਜਾਬੀ ਕਦੀ ਵੀ ਰਾਸ਼ਟਰ ਵਿਰੋਧੀ ਨਹੀਂ ਹੋ ਸਕਦਾ ਜਿਹੜਾ ਰਾਸ਼ਟਰ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਤਾਨ ਦੀ ਬੂ ਉਹ ਦੀ ਬੀਜ ਬੋਣ ਦੀ ਕੋਸ਼ਿਸ਼ ਕਰ ਰਿਹਾ ਉਹ ਕਦੀ ਵੀ ਪੰਜਾਬੀ ਨਹੀਂ ਉਹ ਰਾਸ਼ਟਰ ਵਿਰੋਧੀ ਹੈ ਲੇਕਿਨ ਭੁੱਲਣ ਮਤ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਨੇ ਔਰ ਇਸ ਦੇਸ਼ ਦੇ ਗ੍ਰਹਿ ਮੰਤਰੀ ਅਮਿਤભાઈ ਸ਼ਾਹ ਨੇ ਔਰ ਇਸ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਇਹ ਪੰਜਾਬ ਉਸ ਦੁਆਰਾ ਬੁਰੇ ਦੌਰ ਚ ਕਦੀ ਨਹੀਂ ਜਾਊਗਾ ਇਹਨਾਂ ਨੂੰ ਆਪਣੀਆਂ ਖੇਡਾਂ ਖੇਡਣ ਦਿਓ ਇਹਨਾਂ ਦਾ ਹਸ਼ਰ ਪੰਜਾਬੀਆਂ ਨੇ ਬੁਰਾ ਕਰ ਦੇਣਾ ਪੰਜਾਬੀ ਇਹਨਾਂ ਨੂੰ ੱੱਕੇ ਮਾਰ ਮਾਰ ਕੇ ਇੱਥੋਂ ਬਾਹਰ ਕੱਢਣਗੇ ਇਹ ਮੈਂ ਤੁਹਾਨੂੰ ਗਰੰਟੀ ਲਿਖ ਕੇ ਦਿੰਦਾ ਸ਼ਰਦਾ ਜੀ ਇੱਕ ਲਾਸਟ ਕੁਐਸਚਨ ਮੇਰਾ ਕਿ ਜਿੱਦਾਂ ਕਿ ਸੀਐਮ ਮਾਨ ਨੇ ਇੱਕ ਸਾਰੇ ਡੀਜੀਪੀ ਨੂੰ ਐਸਐਸਪੀ ਨੂੰ ਇਹ ਗੱਲ ਕਹੀ ਸੀ ਕਿ ਜਿਹੜਾ ਕਿ ਅਸਲਾ ਵਾ ਨਵਾਂ ਤਾਂ 3 ਮਹੀਨਿਆਂ ਲਈ ਬਣੂਗਾ ਨਹੀਂ ਜਦੋਂ ਕਿ ਜਿਹੜਾ ਪੁਰਾਣਾ ਅਸਲਾ 3 ਮਹੀਨਿਆਂ ਬਾਅਦ ਰੈਵਿਊ ਕੀਤਾ ਜਾਊਗਾ ਇਹਦੇ ਨਾਲ ਤੁਸੀਂ ਜ਼ਿਕਰ ਕਰਦੇ ਹੋ ਕਿ ਇਹਨਾਂ ਕਿ ਅਸਲਾ ਘਟੂਗਾ ਜਾਂ ਵਧੂਗਾ ਜਾਂ ਗੈਂਗਸਟਰ ਵਧੂਗਾ ਜਾਂ ਘਟੂਗਾ ਦੇਖੋ ਜਿਹੜੀ ਚੀਜ਼ ਦੀ ਸ਼ਾਰਟੇਜ ਆ ਜਾਂਦੀ ਹੈ ਨਾ ਉਹਦੀ ਬਲੈਕ ਮਾਰਕੀਟਿੰਗ ਸ਼ੁਰੂ ਹੋ ਜਾਂਦੀ ਹੁੰਦੀ ਆ ਤੁਸੀਂ ਬਚਪਨ ਦੇ ਵਿੱਚ ਦੇਖਿਆ ਹੋਣਾ ਮਿੱਟੀ ਦਾ ਤੇਲ ਲੈਣਾਂ ਚ ਲੱਕੇ ਵੇਖਦਾ ਹੁੰਦਾ ਸੀ ਸਰਕਾਰ ਦਿੰਦੀ ਸੀ 2 ਰੁਪਏ ਲੀਟਰ ਤੇ ਮਿਲਦਾ ਹੁੰਦਾ ਸੀ ਬਾਜ਼ਾਰ 'ਚ 20 ਰੁਪਏ ਲੀਟਰ ਇਹਦਾ ਮਤਲਬ ਸਾਫ਼ ਆ ਵੀ ਦੋ ਨੰਬਰ ਦੇ ਅਸਲੇ ਦੀ ਡਿਮਾਂਡ ਵਧੂਗੀ ਵੈਸੇ ਕਬੂਤਰਾਂ ਕਬੂਤਰਾਂ ਵਾਲੇ ਸ਼ਰੇ ਚ ਕਬੂਤਰਾਂ ਵਾਲੇ ਸ਼ਰੇ ਚੱਲਣਗੇ ਵੈਸੇ ਮੇਰੀ ਸੁਣੋ ਗੱਲ ਮੈਨੂੰ ਅਸਲੇ-ਉਸਲੇ ਤੋਂ ਬਹੁਤ ਭਰੇਜ ਆ ਮੈਂ ਤਾਂ ਨਿਸ਼ੰਗ ਜਿਹਾ ਆ ਆਦਮੀ ਆ ਮੈਂ ਜਦੋਂ ਚੇਅਰਮੈਨ ਬਣਿਆ ਸੀ ਪੰਜਾਬ ਸਰਕਾਰ ਨੇ ਮੈਨੂੰ ਦੋ ਗਨਮੈਨ ਸਿਕਿਉਰਿਟੀ ਦੇ ਭੇਜੇ ਸੀ ਮੈਂ ਉਸੇ ਦਿਨ ਵਾਪਸ ਭੇਜ ਦਿੱਤੀ ਐਸਐਸਪੀ ਕਬੂਤਲਾ ਦੇ ਆਫਿਸ 'ਚ ਲਿਖਿਆ ਮੇਰਾ ਉਸਨੇ ਦਾ ਲੈਟਰ ਕੱਢ ਲਓ ਕਿ ਮੈਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਸਰਕਾਰ ਮੈਨੂੰ ਕਹਿਣ ਲੱਗੀ ਤੁਹਾਨੂੰ ਵੈਪਨ ਦਾ ਲਾਇਸੈਂਸ ਬਣਾ ਦਿੰਦੇ ਆ ਮੈਂ ਉਹ ਵੀ ਲਿਖ ਕੇ ਦੇਤਾ ਮੈਨੂੰ ਨਹੀਂ ਚਾਹੀਦਾ ਅਸੀਂ ਬੀਜੇਪੀ ਦੇ ਲੋਕ ਆ ਲੋਕਾਂ ਦੇ ਵਿੱਚ ਲੋਕਾਂ ਦੇ ਵਾਸਤੇ ਚਿੰਤਾ ਕਰਨ ਵਾਲੇ ਲੋਕ ਆ ਗਰੀਬਾਂ ਦੇ ਵਾਸਤੇ ਕੰਮ ਆਣ ਵਾਲੇ ਲੋਕਾਂ 2 ਸਾਲ 1.5 ਸਾਲ ਤੁਸੀਂ ਕੋਵਿਡ ਦੇ ਵਿੱਚ ਲਾਕਡਾਊਨ 'ਚ ਭੁਗਤਿਆ ਤੁਸੀਂ ਦੇਖ ਲਓ ਕਿਹੜੀ ਪਾਰਟੀ ਦੇ ਕਿਹੜੇ ਲੋਕ ਗਰੀਬ ਬਸਤੀਆਂ 'ਚ ਘੁੰਮ ਰਹੇ ਸੀ ਉਸ ਵੇਲੇ ਰਾਸ਼ਨ ਲੈ ਕੇ ਇਹ ਸ਼ਾਰਦਾ ਪਰਿਵਾਰ ਪੂਰਾ ਉਸ ਵੇਲੇ ਗਰੀਬਾਂ ਦੀਆਂ ਬਸਤੀਆਂ 'ਚ ਰਾਸ਼ਨ ਢੋਣ ਲੱਗੇ ਹੋਏ ਸੀ ਛੋਟੇ ਭਰਾ ਦੇ ਤਿੰਨ ਲੱਤਾਂ 'ਚ ਸਟੰਟ ਪਏ ਹੋਏ ਸੀ ਤੇ ਉਹ ਜੀਪ ਦੇ ਉੱਤੇ ਰਾਸ਼ਨ ਲੰਗਰ ਲੈ ਕੇ ਵੰਡਦਾ ਫਿਰਦਾ ਸੀ ਇਹ ਇਹ ਸਾਨੂੰ ਗੁਰਤੀ ਸਾਡੇ ਸੰਗਠਨ ਨੇ ਦਿੱਤੀ ਹੈ ਲੋਕ ਸੇਵਾ ਵਾਸਤੇ ਅਸੀਂ ਅਸਲਿਆਂ ਦੇ ਵਿੜੇ ਵੱਲ ਤੱਕਦੇ ਵੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਨੇ ਦਿੱਤੀ ਇਹਦਾ ਮਤਲਬ ਕਹਿਨ ਦਾ ਸਾਨੂੰ ਸਾਡੇ ਸੰਗਠਨ ਨੇ ਦਿੱਤੀ ਹੈ ਸਾਨੂੰ ਬੜਾ ਮਾਣ ਹੈ ਕਿ ਸਾਡੇ ਸੰਗਠਨ ਦਾ ਇੱਕ ਕਾਰਜਕਰਤਾ ਸਰਵੋੱਚ ਪਦ ਦੇ ਉੱਤੇ ਉੱਤੇ ਬੈਠਾ ਹੈ ਔਰ ਅਸੀਂ ਉਸ ਗੱਲ ਤੇ ਕਮੰਡ ਕਰਦੇ ਹਾਂ ਮਾਨ ਕਰਦੇ ਹਾਂ ਕਿ ਉਸ ਪ੍ਰਧਾਨ ਮੰਤਰੀ ਨੂੰ ਚਿੰਤਾ ਗਰੀਬੀ ਰੇਖਾ ਦੀ ਅਖੀਰਲੀ ਲਾਈਨ 'ਚ ਖੜੇ ਵਿਅਕਤੀ ਦੀ ਹੈ ਜਿਹਨੂੰ 5-500 ਰੁਪਿਆ ਉਹਨਾਂ ਦੇ ਘਾਟਿਆਂ ਚ ਪੰਦੇ ਰਹੇ ਜਿਹਨੂੰ 2 ਕਿਲੋ 2 ਰੁਪਏ ਕਿਲੋ ਅੱਜ ਵੀ ਰਾਸ਼ਨ ਕੇਂਦਰ ਵੱਲੋਂ ਆ ਰਿਹਾ ਇਹ ਫੋਟੋਆਂ ਲਵਾਉਣ ਦੇ ਵਿੱਚ ਰੁੱਝੇ ਰਹਿੰਦੇ ਨੇ ਫੋਟੋਆਂ ਖੋ ਜਾਨ ਦੇ ਵਿੱਚ ਰੁੱਝੇ ਰਹੇ ਨੇ ਉਹ ਕੰਮ ਕਰਦੇ ਨੇ ਇਹ ਤਮਸ਼ੀਬੀ ਨਹੀਂਆ ਕਰਦੇ ਆ ਸੋ ਇਹ ਸੰ ਸਾਡੇ ਨਾਲ ਇਹ ਸੀਨੀਅਰ ਅਗੋ ਮੇਸ਼ ਸ਼ਰਦਾ ਜੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਚੇਅਰਮੈਨ ਵੀ ਰਹੇ ਜਿਹੜਾ ਕਿ ਇੱਥੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਹੋਣਾ ਸੀ ਪਿਛਲੇ ਦਿਨੀ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫਰੋਜਪੁਰ ਰੈਲੀ ਤੇ ਅੱਜ ਕੁਝ ਕਾਰਨਾ ਕਰਕੇ ਉਹ ਇੱਥੇ ਦਾ ਜਿਹੜਾ ਕਿ ਅਧਗਾਟਨ ਨਹੀਂ ਕਰ ਸਕਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਚੜੂਗਾ ਕਿਹੜੀ ਘੋੜੀ ਦੇ ਉੱਪਰ ਕੌਣ ਚੜ ਜਾ ਤੇ ਭੰਗੜਾ ਕੌਣ ਪਾਉਂਦਾ ਲਾੜੇ ਪਾਉਂਦੇ ਕਿ ਸਰਵਾਲੇ ਪਾਉਂਦੇ ਕਿ ਮੁੰਡੇ ਨੱਚਦੇ ਜਾਂ ਕੁੜੀਆਂ ਨੱਚਦੀਆਂ ਕੈਮਰਾਮੈਨ ਰੂਬੀ ਧੰਮੀ ਦੇ ਨਾਲ ਸੁਨੀਲ ਗੋਗਨਾ ਸਕਾਈ ਨਿਊਜ਼ ਪੰਜਾਬ ਕਪੂਰਥਲਾ